ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਨੇ? ਤੁਸੀਂ ਵੇਖ ਰਹੇ ਹੋ ਮਦਰ ਹੁਸੈਨ ਟੀਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮਦਰ ਹੁਸੈਨ ਜੋਈਆ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਰੋਜ਼ ਨਵੀਂ ਵੀਡੀਓ ਨਾਲ ਹਾਜ਼ਰ ਹੁੰਦਾ ਦੋਸਤਾਂ ਭਰਾਵਾਂ ਦੀ ਖਿਦਮਤ ਦੇ ਵਿੱਚ, ਅਤੇ ਮੈਂ ਜਨਾਬ ਉਹਨਾਂ ਭਰਾਵਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਅਤੇ ਬੜਾ ਮਸ਼ਹੂਰ ਹਾਂ ਕਿ ਜਿਹੜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਨੇ ਅਤੇ ਦੋਸਤਾਂ ਨਾਲ ਲਾਈਕ ਸ਼ੇਅਰ ਵੀ ਕਰਦੇ ਨੇ। ਅੱਜ ਜਨਾਬ ਵੀਡੀਓ ਤਾਂ ਮੈਂ ਰੋਜ਼ ਹੀ ਬਣਾਉਂਦਾ, ਲੇਕਿਨ ਅੱਜ ਬੜੀ ਖੂਬਸੂਰਤ ਜਾਨਵਰ ਪਿਓਰ ਨੀਲੀ ਦਾ ਬ੍ਰਾਂਡ ਜਨਾਬ ਅੱਜ ਮੈਂ ਲੈ ਕੇ ਆਇਆ। ਪਹਿਲੇ ਮੈਂ ਕਦੇ ਨਹੀਂ ਦੋਸਤਾਂ ਨੂੰ ਕਿਹਾ ਕਿ ਮੈਂ ਨੀਲੀ 'ਚ ਖੜਾ ਜਨਾਬ, ਅਤੇ ਮੈਂ ਨੀਲੀ ਦਾ ਬ੍ਰਾਂਡ ਲੈ ਕੇ ਆਇਆ। ਜਿਸ ਦਿਨ ਮੇਰੇ ਅੱਗੇ ਕੋਈ ਨੀਲੀ ਦੀ ਚੀਜ਼ ਆਵੇ ਤਾਂ ਮੈਂ ਫਿਰ ਹੀ ਨਾਂ ਲੈਣਾ ਹੁੰਦਾ ਨੀਲੀ ਦਾ, ਵਰਨਾ ਮੈਂ ਨਾਂ ਨਹੀਂ ਲੈਣਾ ਹੁੰਦਾ। ਇਹ ਪਹਿਲੇ ਸੂਬੇ ਵਾਲੀ ਝੋਟੀ ਹੈ, ਹੁਣ ਮੇਰਾ ਕੈਮਰਾਮੈਨ ਸਾਹਿਬ ਤੁਹਾਨੂੰ ਇਹ ਝੋਟੀ ਵਿਖਾਵੇਗਾ ਜਨਾਬ। ਇਹ ਫੈਸਲਾ ਦੋਸਤੋ ਤੁਸੀਂ ਖੁਦ ਕਰਨਾ ਹੈ ਕਿ ਵਾਕਿਆ ਜਨਾਬ ਇਹ ਨੀਲੀ ਦੀ ਹੈ ਜਾਂ ਇਹਦੇ 'ਚ ਕੀ ਫਰਕ ਹੈ। ਮਾਲਕ ਤੋਂ ਪੁੱਛਾਂਗਾ ਕਿ ਭਾਈ ਜੀ ਨੀਲੀ ਦੀਆਂ ਮੈਨੂੰ ਨਿਸ਼ਾਨੀਆਂ ਦੱਸੋ, ਹਾਂ ਕੀ ਹੁੰਦੀਆਂ ਨੇ ਭਲਾ, ਕਿਉਂਕਿ ਨੀਲੀ ਨੀਲੀ ਹਰ ਬੰਦਾ ਹੀ ਕਰਦਾ ਹੈ। ਇਹ ਜਨਾਬ ਝੋਟੀ ਹੈ, ਮਾਲਕ ਕੋ ਪੁੱਛਾਂਗੇ ਜਨਾਬ ਇਹਨੂੰ ਕਿੰਨੇ ਦਿਨ ਹੋ ਗਏ ਇਸ ਝੋਟੀ ਸੂਈ ਨੂੰ, ਜਾਂ ਹਾਜ਼ਰ ਮੌਕੇ ਕਿੰਨਾ ਦੁੱਧ ਕਰਦੀ ਪਈ ਹੈ, ਜਾਂ ਕਿਨਵੇਂ ਸੂਵੇ। ਕੈਮਰਾਮੈਨ ਸਾਹਿਬ ਇਸ ਝੋਟੀ ਦੀ ਜਨਾਬ ਕਰਾਓ ਤਸੱਲੀ, ਅਤੇ ਫਿਰ ਆਪਾਂ ਇਹਨੂੰ ਛੱਡ ਕੇ ਟੁਰਾਵਾਂਗੇ ਵੀ ਥੋੜ੍ਹਾ ਜਿਹਾ, ਤਾਂ ਕਿ ਪੈਰਾਂ 'ਚ ਕੋਈ ਕੰਡਾ ਛੰਡਾ ਜਾਂ ਕੋਈ ਲੰਘ ਛੰਘ। ਨੰਬਰ ਮੇਰਾ 0304-79-7076, ਇਹੋ ਹੀ ਮੇਰਾ ਵਟਸਐਪ ਨੰਬਰ ਹੈ, ਇਹੋ ਹੀ ਈਮੋ ਦਾ ਨੰਬਰ ਹੈ, ਲੋਕੇਸ਼ਨ ਮੇਰੀ ਆਰਫ ਵਾਲੇ ਦੀ। ਔਰ ਇਨਸ਼ਾਅੱਲਾ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਵੀ ਆਏਗੀ, ਮਾਸ਼ਾਅੱਲਾ ਦਾ ਕਮੈਂਟ ਆਉਣਾ ਚਾਹੀਦਾ ਦੋਸਤੋ। ਲੈਣੇ ਦੇਣੇ ਮੁਕੱਦਰ ਨੇ, ਜਿਸ ਬੰਦੇ ਦੇ ਨਸੀਬ 'ਚ ਹੋਈ ਲਵੇਗਾ ਉਹ ਹੀ ਮੇਰੇ ਭਾਈ। ਕੈਮਰਾਮੈਨ ਸਾਹਿਬ ਝੋਟੀ ਦੀਆਂ ਕਰਾਓ ਜਨਾਬ ਤਸੱਲੀਆਂ, ਅਤੇ ਫਿਰ ਆਪਾਂ ਇਹਨੂੰ ਥੋੜ੍ਹਾ ਜਿਹਾ ਟੁਰਾਵਾਂਗੇ। ਕਰਮਾ ਵਾਲੀ ਇਹ ਡਰ ਰਹੀ ਹੈ ਜੀ ਕਿ ਪਤਾ ਨਹੀਂ ਕੋਈ ਟੀਕੇ ਟੂਕੇ ਲਾਉਣ ਵਾਲੇ ਆ ਗਏ ਨੇ। ਝੋਟੀ ਦੀ ਵੱਖੀ ਛੋਟੀ ਵੱਖੀ ਮਾਸ਼ਾਅੱਲਾ ਪੁੱਠਾ ਵੇਖੋ, ਕੈਮਰਾਮੈਨ ਸਾਹਿਬ ਤਸੱਲੀ ਕਰਾਓ। ਥੋੜ੍ਹਾ ਜਿਹਾ ਅੱਗੋਂ ਡੱਕਿਆ ਜੀ, ਆਪਾਂ ਹੁਣ ਵਾਹਨਾ ਵੂਨਾ ਚੈੱਕ ਕਰਵਾਈਏ, ਪੁੱਠਾ ਪੱਠਾ ਚੈੱਕ ਕਰਾਈਏ, ਪੂਰੀ ਆਉਣੀ ਚਾਹੀਦੀ ਕੈਮਰਾਮੈਨ ਸਾਹਿਬ ਪੁੱਠਾ ਵੱਖੀ ਧੁੰਨੀ ਕੌੜੀ ਜਨਾਬ ਇਸ ਮਾਝ ਦੀ ਬਿਲਕੁਲ ਕੋਈ ਨਹੀਂ। ਕੈਮਰਾਮੈਨ ਸਾਹਿਬ ਇੱਥੇ ਬਹਿ ਜਾਓ ਅਗਲੇ ਪਾਸੇ, ਥੋੜ੍ਹਾ ਜਿਹਾ ਬਹਾਨਾ ਵਿਖਾ ਰਹੇ ਥੱਲੀ ਨਾਲ ਮੁੱਠ ਭਰ ਥਾਂ ਨੇ ਮਾਸ਼ਾਅੱਲਾ, ਚੰਗੀਆਂ ਵਿਰਲਾਂ ਨੇ। ਔਰ ਇਨਸ਼ਾਅੱਲਾ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਵੀ ਆਏਗੀ। ਕੈਮਰਾਮੈਨ ਸਾਹਿਬ ਤਸੱਲੀਆਂ ਕਰਾਓ, ਇਹ ਤਾਂ ਬੱਚਾ ਵਿਖਾ ਦਿਆ ਜੀ ਮਾੜਾ ਜੀ। ਇਹ ਪਿੱਛੇ ਕੱਟੀ ਹੈ ਦੋਸਤੋ, ਮਾਲਕ ਨੂੰ ਪੁੱਛਣੇ ਕਿੰਨੇ ਦਿਨ ਹੋ ਗਏ ਸੂਈ ਨੂੰ ਮੱਝ ਨੂੰ, ਬਿਲਕੁਲ ਤਾਜ਼ਾ ਬੱਚਾ ਦੋਸਤੋ। ਕੋਈ ਨਹੀਂ, ਰਕਸ਼ਾ ਰੁਕਸ਼ਾ ਲੰਘਦਾ ਹੀ ਰਹਿੰਦਾ, ਥੋੜ੍ਹਾ ਜਿਹਾ ਕਾਬੂ ਕਰੀ ਬਈ, ਅਤੇ ਮੱਝ ਡਰ ਰਹੀ ਹੈ ਥੋੜ੍ਹਾ ਜਿਹਾ ਵੈਸੇ। ਕਰਮਾਲੀ ਇਹ ਡਰ ਰਹੀ ਹੈ ਦੋਸਤੋ ਕਿ ਪਤਾ ਨਹੀਂ ਕੋਈ ਟੀਕਿਆਂ ਟੂਕਿਆਂ ਵਾਲੇ ਆ ਗਏ ਨੇ, ਮੇਰੇ ਵੱਖੀ ਪਈ ਖੜੇ ਨੇ, ਪੈ ਖੜੇ ਨੇ। ਕੈਮਰਾਮੈਨ ਸਾਹਿਬ ਇਹ ਕਰਾਓ ਪਿੱਛੋਂ ਜਾ ਕੇ ਤਸੱਲੀ। ਕਰਮਾ ਵਾਲੀਏ, ਕੈਮਰਾਮੈਨ ਸਾਹਿਬ ਆਓ ਇੱਧਰ, ਕਰਮਾ ਵਾਲੀ ਪਿੱਛੋਂ ਤੁਸੀਂ ਹੁਸ਼ਿਆਰੀ ਨਾਲ ਵਿਖਾਓ ਜਰਾ ਤਸੱਲੀ ਨਾਲ, ਕਰਮਾ ਵਾਲੀ, ਕਰਮਾ ਵਾਲੀ। ਔਰ ਇਨਸ਼ਾਅੱਲਾ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਵੀ ਆਏਗੀ। ਕਰ ਲੈਣ ਦਿਓ ਕੋਈ ਗੱਲ ਨਹੀਂ ਜਨਾਬ ਡਰ ਰਹੀ ਹੈ, ਛੱਡੋ ਹਾਂ ਜੀ ਥੋੜ੍ਹਾ ਜਿਹਾ, ਛੱਡ ਕੇ ਤੋਰੋ ਹਾਂ ਭਲਾ।
ਛੱਡ ਕੇ ਤੋੜ 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 ਛੱਡ ਕੇ ਕੋਈ ਮਸਲਾ ਉੱਥੇ ਬੰਨ ਦਿਲ ਜਾ ਕੇ ਬਸ ਹਾਂਜੀ ਇਹ ਦੋਸਤੋ ਜਾ ਰਹੀ ਮਾਸ਼ਾਅੱਲਾ ਇਹਦਾ ਪੁੱਠਾ ਵੇਖੋ ਮਾਸ਼ਾਅੱਲਾ ਔਰ ਵੱਖੀ ਵੇਖੋ ਬੰਨੋ ਜੀ ਬੰਨੋ ਪਿਛਲੇ ਪਾਸੋਂ ਇੱਥੇ ਥੋੜ੍ਹੀ ਜਿਹੀ ਫੜ ਫੜ ਕੇ ਰੱਖੀ ਮਾੜੀ ਜੀ ਮੂੰਹ 'ਚ ਕਿਵੇਂ ਚੌਗੀ ਦੋਸਤੋ ਵਿਖਾਵੀ ਮੂੰਹ 'ਚ ਵਿਖਾਓ ਕੈਮਰਾਮੈਨ ਸਾਹਿਬ ਕਿਵੇਂ ਇੱਧਰ ਲਾਓ ਮੂੰਹ ਮੂੰਹ 'ਚ ਚੌਗੀ ਹੈ ਦੋਸਤੋ ਮੂੰਹ ਦੀ ਸੀਲ ਬੜੀ ਸੀਲ ਸਾਹਿਬ ਹੋਏ ਕੈਮਰਾਮੈਨ ਸਾਹਿਬ ਅਸਲਾਮ ਵਾਲੇਕਮ ਜੀ ਵਾਲੇਕਮ ਅਸਲਾਮ ਜੀ ਭਾਈ ਜਾਨ ਕੀ ਹਾਲ ਨੇ ਠੀਕ ਠਾਕ ਜੀ ਅੱਲਾ ਸ਼ੁਕਰ ਸਭ ਤੋਂ ਮੈਨੂੰ ਪਹਿਲੇ ਇਹ ਦੱਸਣਾ ਹੈ ਕਿ ਝੋਟੀ ਕਿੰਨਵਾਂ ਸਵਾਸ ਹੋਈ ਪਹਿਲਣ ਝੋਟੀ ਜੀ ਅੱਛਾ ਪਹਿਲਣ ਹੈ ਪਹਿਲਾ ਸਵਾਸ ਹੋਈ ਪਹਿਲਾ ਸਵਾਸ ਹੋਈ ਕਿੰਨੇ ਦਿਨ ਹੋ ਗਏ ਸੋਈ ਨੂੰ 8 ਦਿਨ ਹੋ ਗਏ ਸੋਈ 8 ਦਿਨ ਹੋ ਗਏ ਮਗਰ ਕੀ ਹੈ ਕੱਟੀ ਜੀ ਅੱਛਾ ਮਗਰ ਕੱਟੀ ਹੈ ਜੀ ਅੱਛਾ ਮੂੰਹ ਜੂ ਕਿਵੇਂ ਭਲਾ ਚੌਗੀ ਪੱਕੀ ਗੱਲ ਪੱਕੀ ਗੱਲ ਅੱਛਾ ਚੌਗੀ ਹੈ ਠੀਕ ਹੋ ਗਿਆ ਹਾਂਜੀ ਦੁੱਧ ਬੱਚੇ ਨੂੰ ਛੱਡ ਕੇ ਉਹਨਾਂ ਹੀ ਦੱਸਣਾ ਜਿੰਨਾ ਆਪਾਂ ਚਵਾ ਲੈਣਾ ਚਵਾਉਣ ਲੱਗੇ ਆਪਾਂ ਨੂੰ ਕੋਈ ਮਸਲਾ ਨਾ ਹੋਵੇ ਪਿਛਲੀ ਜੋੜੀ ਦਾ 10 ਕਿਲੋ ਦੁੱਧ ਹੈ ਜੀ ਅਗਲੀ ਜੋੜੀ ਦੇ ਵਿੱਚ 2 ਕਿਲੋ ਦੁੱਧ ਦੇ ਬੱਚਾ ਪੀਂਦਾ ਕੱਟੀ 2 ਕਿਲੋ ਇੱਕ ਟਾਈਮ ਦਾ ਅਗਲੀ ਜੋੜੀ ਦੇ ਵਿੱਚ 2 ਕਿਲੋ ਦੁੱਧ ਹੈ ਜੀ ਇੱਕ ਟਾਈਮ ਦਾ ਠੀਕ ਹੋ ਗਿਆ ਬੱਚਾ ਪੀਂਦਾ ਜੀ ਯਾਨੀ ਦੋ ਥਾਂ ਦੇ ਬੱਚੇ ਦੇ ਹੋ ਗਏ ਹਾਂਜੀ ਪਿਛਲੀ ਜੋੜੀ 'ਚੋਂ ਕਿੰਨਾ ਦੁੱਧ ਚਵਾਓਗੇ 10 ਕਿਲੋ ਜੀ 10 ਕਿਲੋ 10 ਕਿਲੋ ਵੱਖਰੀ ਤੌਰ ਹਾਂਜੀ ਬਿਲਕੁਲ 8 ਦਿਨਾਂ ਦੀ ਮਾਈ ਸੋਈ 8 ਦਿਨਾਂ ਦੀ ਸੋਈ ਅੱਛਾ 10 ਕਿਲੋ ਪਿਛਲੀ ਜੋੜੀ 'ਚ ਆਓਗੇ ਹਾਂ ਪੱਕਾ ਤਕਰੀਬਨ ਇਹ ਕਿੰਨੇ ਕੁ ਦਿਨਾਂ 'ਚ ਕਰ ਜਾਏਗੀ ਦੁੱਧ ਕਿੰਨਾ ਕਰ ਜਾਏਗੀ ਇਹ ਤਾਂ 20 ਕਿਲੋ ਵੀ ਦੁੱਧ ਕਰ ਜਾਏਗੀ ਸ਼ਾਮ ਤੇ ਹਜੇ ਤੱਕ ਸੂਈ ਨੂੰ 8 ਦਿਨ ਹੋਣ ਜੀ ਅੱਛਾ ਸੂਈ ਨੂੰ 8 ਦਿਨ ਹੋ ਗਏ ਹਾਂਜੀ ਨਸਲ ਵਾਲੀ ਜੋਟੀ ਹੈ ਪਹਿਲਣ ਜੋਟੀ ਹੈ ਇਹ ਨਸਲ ਕਿਹੜੀ ਇਹ ਨੀਲੀ ਦੀ ਜੀ ਪੱਕੀ ਗੱਲ ਪੱਕੀ ਗੱਲ ਮੈਂ ਨੀਲੀ ਦੀਆਂ ਮਾੜੀਆਂ ਜਿਹੀਆਂ ਨਿਸ਼ਾਨੀਆਂ ਦੱਸੋ ਕੋ ਭਲਾ ਕੀ ਹੁੰਦੀਆਂ ਉਹਦੀ ਪੂਛ ਵੇਖੋ ਬਰੀਕ ਹੈ ਸਿੰਘ ਦੇਖੋ ਮੁੱਠ ਭਰ ਛੋਟਾ ਛੋਟਾ ਸਿੰਘ ਹੈ ਮੁੱਠ ਦੇ ਵਿੱਚ ਲੁਕਦਾ ਠੀਕ ਹੈ ਇੱਕ ਰੰਗ ਦੀ ਬਰੀਕੀਆਂ ਦੇਖੋ ਦੀਆਂ ਅੱਛਾ ਹਾਂਜੀ ਠੀਕ ਹੈ ਕਦ ਵੇਖੋ ਜੋਟੀ ਨੂੰ ਪਹਿਲੇ ਨੂੰ ਐਡਾ ਕਦ ਹੁੰਦਾ ਕਿਤੇ ਜੀ ਠੀਕ ਹੋ ਗਿਆ ਕੋ ਆਪਣਾ ਛਾਣ ਦੇ ਵਿੱਚ ਕੋ ਛੱਟਾ ਫੁਆਰਾ ਕੋ ਮਸਲਾ ਕੋਈ ਛੱਟਾ ਫੁਆਰਾ ਨਹੀਂ ਬਿਲਕੁਲ ਕਲੀਅਰ ਛਾਣ ਕਲੀਅਰ ਸਾਫ ਠੀਕ ਹੋ ਗਿਆ ਪਿੱਛੇ ਨੇ ਕੱਟੀ ਕੱਟੀ ਜੀ ਪਿਆਰ ਮੈਂ ਬਦਲਾ ਮੁੱਲ ਕਰਨਾ ਮੁੱਲ ਜ਼ਿਆਦਾ ਨਹੀਂ ਮਰਨਾ ਮੰਗਣਾ ਬਿਲਕੁਲ ਮਕੂਲ ਜਿਹਾ ਮੁੱਲ ਭਾਈ ਜਾਨ ਵੈਸੇ ਤਾਂ ਮੁੱਲ 3 ਲੱਖ ਰੁਪਈਆ ਇਹਦਾ ਸਾਨੂੰ ਮੁੱਲ ਲੱਗਦਾ ਹੀ ਪੈਣੇ ਅੱਛਾ ਹੁਣ ਤੁਸੀਂ ਚੈਨਲ ਤੇ ਦੇ ਰਹੇ ਹੋ 280 ਦੀ ਦੇਵਾਂਗੇ 280 ਦੇਵੋਗੇ 280 ਦੀ ਮੁੱਲ ਤੁਹਾਡਾ 3 ਲੱਖ ਹੈ ਮੁੱਲ ਸਾਡਾ 3 ਲੱਖ ਹੈ ਅੱਛਾ ਦੇਵਾਂਗੇ 280 ਦੀ ਪੱਕੀ ਗੱਲ ਪੱਕੀ ਗੱਲ ਹੋਏਗੀ ਅੱਛਾ ਠੀਕ ਅਗਰ ਕੋਈ ਮੇਰਾ ਭਰਾ ਆਂਦਾ ਕੋਈ ਨਾ ਜੀ ਕੋ ਥੋੜਾ ਬਹੁਤਾ ਪਿਆਰ ਮੁਹੱਬਤ ਕਰ ਦਿਓ ਕੋਈ ਕਿਰਾਇਆ ਭੜਦਾ ਕਰ ਲਵਾਂਗੇ ਪਿਆਰ ਮੁਹੱਬਤ ਕਿਰਾਇਆ ਵਾਵਾ ਲੱਗਦਾ ਕੋਈ ਗੱਲ ਨਹੀਂ ਫਿਰ ਕਿਸੇ ਦਿਨ ਭਜਣ ਨਹੀਂ ਦੇਣਾ ਨਹੀਂ ਨਹੀਂ ਆਪਾਂ ਨਹੀਂ ਭਜਣਾ ਪੱਕੀ ਗੱਲ ਹੈ ਹਾਂ ਪੱਕੀ ਗੱਲ ਚਲੋ ਫਿਰ ਠੀਕ ਹੋ ਗਿਆ ਹਾਂਜੀ ਮੈਂ ਉਮੀਦ ਕਰਨਾ ਕਿ ਦੋਸਤਾਂ ਨੂੰ ਅੱਜ ਦੀ ਵੀਡੀਓ ਬੜੀ ਪਸੰਦ ਆਵੇਗੀ ਤੇ ਅਗਲੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਹੀ ਲੱਗਾ ਬੈਲ ਦਾ ਬਟਨ ਦਾ ਕਰਨਾ ਓਕੇ ਮਾਸ਼ਾਅੱਲਾ ਜੀ ਜਨਾਬ ਕਮੈਂਟ ਦੇਣੇ ਨੇ ਇਸ ਝੋਟੀ ਨੂੰ ਜਨਾਬ ਵੇਖ ਕੇ ਮਿਲਨੇ ਆ ਜਨਾਬ ਅਗਲੀ ਵੀਡੀਓ ਦੇ ਵਿੱਚ ਪਾਕਿਸਤਾਨ ਜ਼ਿੰਦਾਬਾਦ